अस्सलाम वालेकुम सजनों ते बेलियो, उम्मीद करना के सारे दोस्त अहबाब अल्लाह पाक दे फजल ते करम दे नाल हैरियत नाल होंदे। अज दिन जी सोमवार दा ते इस टाइम सियालकोट दे नामवर ते सस्ते व्यापारी अमजद अली साहब दे डेरे ते मौजूद हां। ते माशाल्लाह जी भाई अमजद साहब मेहनत करके दोस्तां वास्ते दो खूबसूरत मुनासिब कीमत जानवर लेके आए ने। कम अज कम कीमत जी 1,70,000, 1,70,000 तो लैके 1,85,000 की रेंज तक जानवर ने। तो माशाल्लाह जी सस्ता ही सेल मेला वे, दोवां जानवरों की तसली कराने ते इन्हां दा जिहड़ा प्यार मुहब्बत वाला रेट है वह भी मालूम करने। भाई अमजद साहब आओ जी सामने जी। अस्सलाम वालेकुम। वालेकुम सलाम जी। भाई अमजद साहब की हाल है, ठीक हो? अपने डेरे दा भी मुकम्मल तारफ करवा दियो। भाई फरियाद तहसील जिला सियालकोट मेन सानू सियालकोट लारी अड्डा लगता है। लारी अड्डे तो 14-15 किलोमीटर अगे साडा पिंड करलो पिंड दा नाम है। ਭਾਈ ਫਰਿਆਦ ਵੀਡੀਓ ਭਾਣ ਦੇ ਦਿਲ ਨਹੀਂ ਕਰਦਾ ਪਿਆ, ਸਵੇਰ ਤੁਹਾਨੂੰ ਫੋਨ ਕੀਤਾ ਮੈਂ। ਬਿਲਕੁਲ ਇੰਜ ਗੱਲ, ਤੁਹਾਨੂੰ ਰਾਤੀ ਦਾ ਛੜੀਦਾ ਕਿ ਵੀ ਸਵੇਰ ਕਿਸ ਟਾਈਮ ਆਉਣਾ। ਭਾਈ ਫਰਿਆਦ ਦੋ ਗਾਈਆਂ ਹਨ, ਦੋ ਗਾਈਆਂ ਕੱਲ ਵੇਚੀਆਂ ਨੇ ਮਾਸ਼ਾਅੱਲਾ। ਪਰਸੋਂ ਗਈ ਗੁਜਰਹਾਂ ਤੇ ਭਾਈ ਸ਼ਵਾ ਕੇ ਗੁਜਰਹਾਂ ਆਪੀ ਸੋਦੀਆ ਹੁੰਦੇ ਨੇ ਤੇ ਉਹਨਾਂ ਮੇਰੇ ਕੋਲ ਅੱਗੇ ਵੀ ਜੋੜਾ ਖੜਿਆ ਸੀ ਤੇ ਪਰਸੋਂ ਵੀ ਇੱਕ ਗਾਈ ਉਹਨਾਂ ਨੂੰ ਮੈਂ ਛੱਡ ਕੇ ਆਇਆ ਵਾਂ। ਠੀਕ ਹੈ ਠੀਕ ਹੈ। ਤੇ ਦੋ ਗਾਈਆਂ ਅੱਗੇ ਉਹਨਾਂ ਗੱਭਣਾ ਲਈਆਂ ਹਨ ਮੇਰੇ ਕੋਲ ਇੱਕ ਮਹੀਨਾ ਡੇਢ ਪਹਿਲਾਂ। ਉਹਨਾਂ ਕਿਹਾ ਫਿਰ ਲੈਣੀ ਗਈ ਉਹਨਾਂ ਨੂੰ। ਮੈਂ ਭਾਈ ਫਰਿਆਦ ਆਖਿਆ ਮੈਂ ਇੱਥੇ ਆ ਕੇ ਮੇਰੇ ਡੇਰੇ ਆ ਕੇ ਚੱਕ ਚੁੱਕ ਮੇਰਾ ਡੇਰਾ ਵੇਖ ਲਓ ਆ ਕੇ। ਉਹਨਾਂ ਕਿਹਾ ਹੋਣਾ ਹੀ ਨਹੀਂ ਜੋੜਾ ਜਦੋਂ ਘੱਲਿਆ ਨਾ। ਉਹਨਾਂ ਕਿਹਾ ਨਹੀਂ ਅਸਾਂ ਆਉਣਾ, ਸਾਨੂੰ ਤੇਰੀਆਂ ਗੱਲਾਂ ਦੇ ਤਬਾਰ ਹੈ ਯਾਰ, ਤੂੰ ਮਾਲ ਠੀਕ ਵੇਚਣਾ। ਜੋੜਾ ਉਹਨਾਂ ਨੂੰ ਘੱਲਿਆ, ਫਿਰ ਉਹਨਾਂ ਇੱਕ ਗਾਈ ਲਈ ਹੈ ਮੇਰੇ ਕੋਲ ਆਪੀ ਉਹ ਸੋਦੀਆ ਹੁੰਦੇ ਨੇ ਤੇ ਦੋ ਕੱਲ੍ਹ ਵੀ ਵਿਕ ਗਈਆਂ ਨੇ ਗਾਈਆਂ, ਜਿਹਨਾਂ ਦੇ 5-6 ਗਾਈਆਂ ਹੋਣੀਆਂ ਸਨ। ਤੂੰ ਅੱਜ ਦਿਲ ਤਾਂ ਨਹੀਂ ਕਰਦਾ ਪਿਆ ਵੀਡੀਓ ਪਾਉਣ ਦੀ। ਫਿਰ ਮੈਂ ਸਵੇਰੇ ਬੱਚੇ ਨੇ ਆਖਿਆ ਕਿ ਪਹਾੜ ਉਹ ਜੋੜੇ ਦੀ ਫਿਰ ਹਫ਼ਤੇ 'ਤੇ ਪੈ ਜਾਣੀ ਗੱਲ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਸੁਬਾਹ ਫਿਰ ਤੁਹਾਨੂੰ ਫੋਨ ਕੀਤਾ ਮੈਂ। ਹਾਈਓ ਜਨਾਬ ਅਤੇ ਅੱਲਾ ਜੀ ਮਿਹਰਬਾਨ ਨਾਲ ਵਹਿੜੀਆਂ ਦੇ ਭਾਈ ਫਰਿਆਦ ਮੁੱਲ ਉਹ ਲਾਵਾਂਗਾ ਅੱਜ ਜੋੜਾ ਹੀ ਹੈ। ਸਮਝ ਲਓ ਕਿ ਅੱਜ ਕਮਾਈ ਕਮੂਈ ਕੋ ਨਹੀਂ, ਐਵੇਂ ਕੋਈ ਲੂਣ ਮਿਰਚ ਹੀ ਹੈ। ਠੀਕ ਹੈ, ਲੂਣ ਮਿਰਚ ਹੀ ਹੈ ਸਮਝ ਲਓ। ਆ ਅੰਡਾ ਵੀ ਨਹੀਂ, ਜ਼ਰਦੀ ਵੀ ਨਹੀਂ, ਲੂਣ ਮਿਰਚ ਲਾਂਗੇ ਲਾਂਗੇ ਜ਼ਰੂਰ, ਪਰ ਲੂਣ ਮਿਰਚ। ਅਤੇ ਚੈੱਕ ਕਰਾਓ ਵਹਿੜੀਆਂ ਨੂੰ, ਸ਼ੋਅ ਕਰਾਓ ਭਰਾਵਾਂ ਨੂੰ। ਅਤੇ ਭਾਈ ਫਰਿਆਦ ਇੱਕ ਹੋਰ ਗੱਲ ਕਿ ਭਾਈ ਫਰਿਆਦ ਵੇਖੋ ਮੇਰੇ ਹਿਸਾਬ ਨਾਲ ਜਦੋਂ ਦਾ ਮੈਂ ਕੰਮ ਕਰਨ ਡਿਆ ਮੈਨੂੰ ਵੀ ਇੱਕ ਲਾਮਾ ਆਇਆ। ਕੋਈ ਲਾਮਾ ਨਹੀਂ ਵੀਡੀਓ ਦੇ ਵਿੱਚ, ਅੱਗੇ ਪਿੱਛੇ ਕੋਈ ਦੱਸੇਗਾ ਵੀਡੀਓ ਦੇ ਵਿੱਚ ਕੋਈ ਵੀ ਦੱਸੇਗਾ ਨਹੀਂ ਕਿ ਮੈਨੂੰ ਮੇਰਾ ਲਾਮਾ ਆਇਆ। ਮੈਂ ਦੱਸਾਂਗਾ ਮੇਰਾ ਲਾਮਾ ਮੈਨੂੰ ਵੀ ਆਇਆ ਤਾਂ ਤੁਹਾਨੂੰ ਵੀ ਆਇਆ। ਉਹ ਕਾਹਦਾ ਆਇਆ ਕਿ ਉਹ ਬੇਤੁਕਾ ਲਾਮਾ, ਠੀਕ ਹੈ। ਉਹ ਕੋਈ ਵੀ ਮੈਂ ਨਹੀਂ ਆਪਣੇ ਮੂੰਹ ਆਉਂਦਾ ਕਿ ਮੈਂ ਚੰਗਾ ਵਾਂ ਜਾਂ ਇੰਜ ਅਤੇ ਉਂਜ। ਉਹ ਕੋਈ ਵੀ ਬੰਦੇ ਨੂੰ ਬੰਦਾ ਪੁੱਛ ਲੇ, ਉਸ ਵਿਹੜੇ ਦੇ ਵਿੱਚ ਕੋਈ ਨੁਕਸ ਨਹੀਂ। ਉਹ ਸਿਰਫ ਜਿਵੇਂ ਆ ਗਾਈ ਖਲੋਤੀ ਹੈ ਨਾ, ਇੰਜ ਖਲੋਂਦੀ ਹੈ ਅਤੇ ਜਦੋਂ ਮਰਜ਼ੀ ਨਾਲ ਖਲੋਂਦੀ ਤਾਂ ਅਗਲੀਆਂ ਲੱਤਾਂ ਜ਼ਰਾ ਝੋੜੀਆਂ ਕਰਕੇ ਖਲੋਂਦੀ। ਔਰ ਉਹ ਟੁਰਦੀ ਸਹੀ ਹੈ, ਬਹਿੰਦੀ ਸਹੀ ਹੈ, ਉੱਠਦੀ ਸਹੀ ਹੈ। ਅਤੇ ਉਹਨੇ ਸਾਡੇ ਨਾਲ ਥੋੜ੍ਹੀ ਜਿਹੀ ਬਦਤਮੀਜ਼ੀ ਕੀਤੀ ਤਾਂ ਮਾੜੀ ਜਿਹੀ ਆਹਾਂ ਵੀ ਕੀਤੀ ਹੈ। ਜਿਹੜੀ ਜਿਹੜੀਆਂ ਗੱਲਾਂ ਹੋਣਗੀਆਂ ਅਸੀਂ ਕਰਾਂਗੇ, ਠੀਕ ਹੈ, ਛੁਪਾਉਣੀ ਕੋਈ ਵੀ ਗੱਲ ਨਹੀਂ। ਉਹਨੇ ਬੇਤੁਕਾ ਮਹਾਂ ਸਾਨੂੰ ਜਿਹੜਾ ਨਾ ਲਾਮਾ ਦਿੱਤਾ, ਤੁਹਾਨੂੰ ਵੀ ਬੇਤੁਕਾ ਦਿੱਤਾ। ਕੋਈ ਬੰਦਾ ਕਹਿੜੇ ਕੋ ਉਸ ਵੈੜੀ ਦੇ ਕੋਈ ਲੱਤ ਖਰਾਬ ਹੈ, ਲੱਤ ਟੁੱਟੀ ਹੈ, ਬਹੁ ਲੱਥਾ ਹੈ, ਅਤੇ ਮੈਂ ਵੈੜੀ ਉੱਥੇ ਅਗਲੇ ਦੇ ਘਰ ਵੱਜੀ ਹੈ, ਮੈਂ ਵੈੜੀ ਦੇ ਪੈਸੇ ਉਹਦੇ ਘਰ ਕੱਲ੍ਹ ਛੱਡਾਂ। ਜੇ ਵੈੜੀ ਨੂੰ ਕੋਈ ਨੁਕਸ ਹੋਏ ਤਾਂ, ਕੋਈ ਦਰਦ ਹੋਏ ਤਾਂ ਬੇਤੁਕਾ ਲਾਮਾ ਦੇਣੀ ਨਾ ਭਾਈ ਫਰਿਆਦ, ਕੋਈ ਵੀ ਜਰਦਾ ਜੀ ਬਿਹਤਰ ਹੋ ਗਿਆ। ਆਓ ਜੀ ਭਾਈ ਵੈਸੇ ਲੈ ਕੇ ਆਓ। ਮਾਸ਼ਾਅੱਲਾ ਜੀ ਵੈੜ ਨੰਬਰ 1 ਆ ਗਈ ਭਾਈ, ਸਕੂਨ ਨਾਲ ਇਸ ਈਜ਼ੀ ਟੋਰਨੀ ਹੈ ਜੀ। ਭਾਈ ਅਮਜਦ ਸਾਹਿਬ ਕਿੰਨਵਾਂ ਸਵਾ ਸੂਈ ਹੈ ਜੀ? ਭਾਈ ਫਰਿਆਦ ਦੂਸਰਾ ਸਵਾ ਸੂਈ ਹੈ ਵੈੜ। ਕਿਦਾਂ ਦੀ ਸੂਈ ਹੈ ਜੀ? ਇਹ ਭਾਈ ਫਰਿਆਦ 4 ਕੁ ਦਿਨ 5 ਹੋ ਗਏ ਨੇ ਬੋਲੇ ਚੋਂ, ਯਾਨੀ ਕਿ ਨਿਕਲ ਗਈ ਮੇਰੇ ਹਿਸਾਬ ਨਾਲ ਅੱਜ। ਠੀਕ ਹੈ, 5 ਕੁ ਦਿਨ ਹੋ ਗਏ ਨੇ ਸਵਾ ਦੂਸਰਾ। ਮਾਸ਼ਾਅੱਲਾ ਜੀ ਨੰਬਰ 1 ਤੇ ਚੈੱਕ ਕਰਾਨੇ ਆ ਪੇ ਭਾਈ, ਇੱਥੇ ਜ਼ਰਾ ਸਿੱਧੀ ਕਰਿਓ ਜੀ, ਜਾ ਕੀ ਪਿੱਛੇ ਬੱਚਾ ਜੀ? ਬੱਚਾ ਭਾਈ ਫਰਿਆਦ। ਠੀਕ ਹੈ ਭਾਈ, ਲੰਮੀ ਕਰੋ ਜ਼ਰਾ। ਇਹ ਪਿੱਛੇ ਦੇ ਬੱਚਾ ਮਾਸ਼ਾਅੱਲਾ ਜੀ ਸਵਾ ਦੂਸਰਾ ਵੇ, 4 ਤੋਂ 5 ਦਿਨ ਹੋ ਗਏ ਨੇ, ਸੇਮ ਪ੍ਰਿੰਟ ਵਿੱਚ ਕਾਲੇ ਥਣ ਲੱਗੇ ਨੇ, ਸੋਹਣੇ ਮੁੱਠੀ ਥਣ ਨੇ, ਹਾਈਟ ਵੀ ਦੋਸਤਾਂ ਵੇਖ ਲੈਣੀ। ਬੰਦਾ ਕੱਲਾ ਦਾ ਰੱਦ ਪਹਿਲਾਂ ਬੱਚਾ ਵਹਾਰੋ ਤੇ ਫਿਰ ਵੈੜੀ ਵਹਾਨੇ ਆ। ਠੀਕ ਹੈ, ਆ ਬੱਚਾ ਮਾਸ਼ਾਅੱਲਾ ਜੀ ਨਾੜੂ ਵੀ ਨਾਲ ਹੈ, ਬਿਹਤਰ ਹੋ ਗਿਆ। ਠੀਕ ਹੈ, 5 ਵੀ ਬੱਚੇ ਨੂੰ ਵੇਖੋ, ਚੈੱਕ ਕਰੋ ਮਾਸ਼ਾਅੱਲਾ ਜੀ, ਚਿਹਰਾ ਵੀ ਦੋਸਤਾਂ ਵੇਖ ਲੈਣਾ ਜੀ। ਦੁੱਧ ਕਿੰਨਾ ਕੀ ਭਾਈ ਅਮਜਦ ਸਾਹਿਬ? ਦੇਖੋ ਯਾਦ ਅੱਲਾ ਦੀ ਮਿਹਰਬਾਨੀ ਨਾਲ ਵੈੜੀ ਦਾ ਪਹਿਲਾਂ ਥਣ ਚੈੱਕ ਕਰਾਓ, ਦੁੱਧ ਵੀ ਦੱਸ ਲੈਣਾ। ਠੀਕ ਹੈ, ਦੇਖੋ ਕਿੱਡਾ ਚੰਗਾ ਥਣ ਲੱਗਾ ਵੈੜੀ ਮਾਸ਼ਾਅੱਲਾ ਜੀ, ਤੇ ਪੂਰੀ ਪਾਵਰ ਹੈ ਥਣਾਂ ਦੀ। ਆ ਪੜ ਬੱਚਾ ਭਾਈ, ਬਸ ਪੜੋ ਹੁਣ ਜਾ ਜ਼ਰਾ। ਇਹ ਥਣ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ, ਸੋਹਣੇ ਮੁੱਠੀ ਥਣ ਲੱਗੇ ਨੇ ਜੀ। ਸਵੇਰ ਦੂਸਰਾ ਸੂਈ ਹੈ, 4 ਤੋਂ 5 ਦਿਨ ਹੋ ਗਏ ਨੇ। ਆ ਵੇਖੋ ਚਿੱਟਾ ਦੁੱਧ ਭਾਈ ਫਰਿਆਦ, ਚੈੱਕ ਕਰਾਉਣ ਲਗਾ। ਐਵੇਂ ਥੋੜਾ ਥੋੜਾ ਭਾਈ, ਬਸ ਜਿਹੜਾ ਜ਼ਾਇਆ ਨਾ ਹੋਏ ਦੁੱਧ। ਮੈਂ ਘੁੱਟ ਕੇ ਧਾਰ ਤਾਂ ਨਹੀਂ ਮਾਰਦਾ, ਬੜੀ ਚੁਆਈ ਹੈ ਵੈੜੀ ਦੀ। ਠੀਕ ਹੈ,
रंगत भी चेक करा दे। भाई फिलहाल देखो चिट्टा दूध ये बोले चो आज निकली है जी बेहतर हो गया ठीक है। दुध दुध है किन्ना दे कोल भाई फिलहाल बच्चे समेत 9 किलो दुध एवं 11-12 रुपए दसांगे 900 दुध 900 दे विचो बच्चे नु भाई को किलो प्याले ते भाई को 2 किलो प्याले ओदी मर्जी भाई 3 किलो प्याले भाई जिन्ना मर्जी मर्जी ओदी है ठीक है जी बेहतर हो गया। शराफत भी चेक करवाइए सुबह दूसरा सुई है दोवा टाइम दा टोटल बच्चे समेत दुध 9 किलो माशाल्लाह जी। नस्ल की है भाई हमजा साहब दी जर्सी दा कोई फ्रीजियन क्रॉस है माशाल्लाह जी भाई लस्सी दी कराओ जरा थोड़ी जी चंगी लगे ना भाई गाड़ी मेरी हूं भी 2 लाख रुपए दी पूरे दी ठीक है ते सिर्फ एक दूं डंगर की वजह नाल मैं जान टाइम नाल अगले दे घर ठीक है ਜਿਸ ਭਰਾ ਨੂੰ ਚੰਗੀ ਲੱਗੇ 1,85,000 ਦੀ ਵੈੜੀ ਦੇਖਾਂਗਾ 1,85,000 1,85,000 ਜ਼ਿੰਦਾਬਾਦ ਜ਼ਬਰਦਸਤ ਹੋ ਗਿਆ ਮਾਸ਼ਾਅੱਲਾ ਜੀ ਕਿ ਭਾਈ ਲਓ ਜੀ ਨੰਬਰ 2 ਵਾਲੀ ਅੱਗੇ ਆ ਗਈ ਨੰਬਰ 2 ਤੇ ਆ ਗਈ ਮਾਸ਼ਾਅੱਲਾ ਜੀ ਲਿਬਾਸ ਚੰਗਾ ਕੀਤਾ ਭਾਈ ਜਾ ਕੇ ਲਾ ਲਵੋ ਕੋਈ ਨਹੀਂ ਸਕੂਨ ਨਾਲ ਕੱਲੇ ਹੋਇਆ ਸਭ ਕੋਈ ਇਸ਼ੂ ਨਹੀਂ ਹੈ ਜਾ ਵੀ ਫੜ ਲਓ ਭਾਈ ਵੈਸ ਮੱਛੀ ਨਾਲ ਆਪੇ ਬੱਚੀ ਫੜ ਲਓ ਮੱਛੀ ਫੜ 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 ਜੀ ਭਾਈ ਅਮਜਾ ਸਾਹਿਬ ਕਿੰਨਵਾਂ ਸਵਾਸ ਹੋਈ ਹੈ ਜੀ ਭਾਈ ਫਿਰ ਦੋ ਸੂਏ ਸੂਈ ਦੂਸਰਾ ਸੂਆ ਸੂਈ ਹੈ ਅੱਛਾ महीना हो गया माशाल्लाह बड़ी शराफत वैड़ी जो वैड़ी चोलनी है ना भाई फरियाद जी जी नींबू वांग इंजो जनी वैड़ी कोई आखेगा के सुकी ही ओरे गई दूध किन्ना केदे कोल चार सोने बिरला चे बेहतर हो गया ठीक है माशाल्लाह जी पूरी एक्टिव है ते भाई फिर कद काठ बैड़ी नु चेक रहे ना को भरा आके का मूल केड़ा लान लगा डर क्यों लान लगा अच्छा गाय दा कद भी चेक करण दूध दोवा टामा दा टोटल बच्चे समेत 8.5 किलो वे सुबह दूसरा माशाल्लाह जी थाने भी दोस्तों वेख लेने ने लिबास चेक करना भाई टोरे जरा लम्मी नस्ल की भाई अमजद साहब दी भाई फिर जर्सी ते कोई साहीवाल दा क्रॉस है साहीवाल ज्यादा वे ते जर्सी को विच मामूली होना है गर्मियां दा तोहफा ही है माशाल्लाह जी ते सिंग भी चिट्टे ने भाई दा चेहरा भी सामने करियो गर्मी नहीं इंशाल्लाह करे जी चेहरा भी दोस्तों देख लेना जी ये भी पैकेज जी जेड़ा मैं रेट लान लगा ना वैड़ी दा जी जी जेड़ा भरा खड़ेगा याद करेगा खंगड़ी भी नहीं होंगे इस रेट दे लबन लगी ठीक है बच्ची भी चंगी पिछे वैड़ी दा कद भी देखो ते चुआई भी बड़ी चंगी वैड़ी दी बेहतर हो गया 1,70,000 5,000 मजीद लैस हो गया फिर भी हर वीडियो पिछली च भी कोई ना कोई भरा सट करता है जोड़ा गई खड़ता मेरे को माशाल्लाह पिछली वीडियो च भी जोड़ा एक दूसरे नंबर वाली एक तीसरे नंबर लाहौर गई ने एको बंद ने लिया पहले फोन के दो मिनटा चाहे वैड़िया ले लिया जी बेहतर होगा मजीद को दोस्तों वास्ते पैगाम यही है भाई फरियाद के जी शुरू तो की गल जो लामा आए सू दस चलो दुद्ध ही भी पा अद्धा किलो की कद ये कदा लामा होंगे तो जो कोई मेन लामा वह सू दे ठीक है तो बेतुका जरा सू अं नहीं किसी तंग करते सू भी ना कोई तंग करे अल्लाह हाफिज़।